बिलगा पुलिस नूं मिली वड्डी सफलता, दो नशा तस्करां नूं कीता काबू। बिलगा दे मुख अफसर थाणा दे सब इंस्पैक्टर महेंद्र पाल ने जानकारी दिंदिया दस्सिया है कि नशियां खिलाफ चलाई मुहिम तहत दो नशा तस्करां नूं काबू कीता, जिन्हां कोलों 11 ग्राम हैरोइन अते 136 नशीलियां गोलियां अते ड्रग मनी बरामद कीती। इन्हां आरोपियां नूं इक गड्डी समेत काबू कीता। गड्डी चालक सतवीर सिंह की तलाशी लई तां उस दी जेब विचों 11 ग्राम हैरोइन अते 20,500 रुपये बरामद कीते गए अते गड्डी दी दूसरी सीट ते बैठे सुरेंद्र पाल दी जदों तलाशी ली गई तां उस दी जेब विचों 136 नशीलियां गोलियां बरामद कीतियां। इन्हां दोनों आरोपियां खिलाफ मामला दर्ज किया गया। ਅੱਜ ਜੋ ਜਿਹੜੇ ਮੁਜਰਮ ਤੁਸੀਂ ਫੜਿਆ, ਨਸ਼ੀਲਾ ਪਦਾਰਥ ਫੜਿਆ, ਹਾਂਜੀ ਹਾਂਜੀ, ਪੂਰੇ ਸੰਬੰਧ ਦੇ ਵਿੱਚ ਜਿਹੜੀ ਸੰਖੇਪ ਦੇ ਨਾਲ ਵਾਰਤਾ ਜਿਹੜੀ ਆ ਪੂਰੀ ਜਾਣਕਾਰੀ। ਅੱਜ ਸਵੇਰ ਏਐਸਆਈ ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਜਿਹੜੀ ਆ ਗਸ਼ਤ ਦੇ ਸੰਬੰਧ 'ਚ ਥਾਣਾ ਬਿਲਗਾ ਤੋਂ ਇੱਧਰੋਂ ਸੰਗੋਵਾਲ ਸਾਈਡ ਨੂੰ ਪੱਲੇ ਦਰਿਆ ਨੂੰ ਜਾ ਰਹੇ ਸੀਗੇ ਜੀ। ਉੱਧਰੋਂ ਦਰਿਆ ਵਾਲੇ ਸਤਲੁਜ ਦਰਿਆ ਵਾਲੇ ਪਾਸੇ ਤੋਂ ਇੱਕ ਜਿਹੜੀ ਆ ਅਲਟੋ ਕਾਰ ਜੀ, ਜਿਹਦਾ ਨੰਬਰ ਹੈਗਾ PBBC6060, ਇਹ ਆਉਂਦੀ ਸੀ ਜਿਹਦੇ ਵਿੱਚ ਦੋ ਜਿਹੜੇ ਆ ਨੌਜਵਾਨ ਸਵਾਰ ਸੀਗੇ, ਜਿਹੜਾ ਕਿ ਇਹਨੂੰ ਜਿਹੜਾ ਸਤਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੰਗੋਵਾਲ ਦਾ ਰਹਿਣ ਵਾਲਾ ਜੀ, ਇਹ ਇਹਨੂੰ ਚਲਾ ਰਿਹਾ ਸੀਗਾ ਜੀ। ਅਤੇ ਨਾਲ ਦੀ ਸੀਟ 'ਤੇ ਸੁਰਿੰਦਰ ਪਾਲ ਏਰੀਏ ਸ਼ਿੰਦੀ, ਪੁੱਤਰ ਹਰਮੇਸ਼ ਸਿੰਘ ਵਾਸੀ ਸੰਗੋਵਾਲ, ਇੱਕੋ ਪਿੰਡ ਦੇ ਰਹਿਣ ਵਾਲੇ ਜੀ। ਇਹ ਪੁਲਿਸ ਨੂੰ ਦੇਖ ਕੇ ਗੱਡੀ ਭਜਾਉਣ ਲੱਗੇ, ਸਾਡੀ ਪੁਲਿਸ ਪਾਰਟੀ ਨੇ ਇਹਨੂੰ ਕਾਬੂ ਕੀਤਾ, ਸਮੇਤ ਕਰਮਚਾਰੀਆਂ ਅਨਵਰ ਮਸੀਹ ਨੇ ਕਾਬੂ ਕੀਤਾ। ਜਦੋਂ ਇਹਦੀ ਤਲਾਸ਼ੀ ਲਈ, ਇਹਦੇ ਕੋਲੋਂ ਜਿਹੜਾ ਸਤਵੀਰ ਸਿੰਘ ਆ ਇਹਦੇ ਕੋਲੋਂ 11 ਗ੍ਰਾਮ ਹੈਰੋਇਨ ਅਤੇ 20,500 ਰੁਪਏ ਜਿਹੜੀ ਆ ਕਰੰਸੀ ਜਿਹੜੀ ਬਰਾਮਦ ਹੋਈ ਆ।